बड़ी वाली पाइप। ट्रेन खड़ी सी उहदे विच अग लगी सी एक बुग्गी दे विच। सानू फोन आया तो असीं फिर मौके ते आ गए। अग काफी सी ते काफी लगा जोर अग बुझाउण ते। किन्नियां गड्डियां लगियां जग बुझाउण नूं? इत्थे गड्डी ते फिर इक वजे आंदी सी, उहदे कंट्रोल कर लई। हालात काबू च हो गए जी? हां जी काबू च। कारण पता लग्या जी क्यों किदां लगी अग जी? कारण तां हुण इहनां नूं पता होगा, रेलवे स्टेशन वालिआं नूं वी की कारण होया इहदा। वैसे तां एसी टिप होया बुग्गी। ਭਾਜੀ ਲਗਭਗ 6 ਵਜੇ 6:50 ਦੇ ਕਰੀਬ ਦਾ ਟਾਈਮ ਹੋਏਗਾ। ਮੇਰਾ ਪੁਆਇੰਟਸਮੈਨ ਬਾਹਰ ਕਿਸੇ ਕੰਮ ਵਾਸਤੇ ਨਿਕਲਿਆ ਅਤੇ ਅਸੀਂ ਪੈਨਲ ਰੂਮ 'ਚ ਬੈਠੇ ਹੋਏ ਸੀਗੇ ਅਤੇ ਉਹਨੇ ਆ ਕੇ ਦੱਸਿਆ, ਕਹਿੰਦਾ ਸਰ ਮਤਲਬ ਏਸੀ ਕੋਚ ਦੇ ਵਿੱਚ ਇੱਦਾਂ ਲੱਗ ਰਿਹਾ ਜਿੱਦਾਂ ਕਿ ਅੱਗ ਲੱਗੀ ਹੈ, ਧੂੰਆਂ ਨਿਕਲ ਰਿਹਾ। ਠੀਕ ਹੈ ਜੀ। ਅਤੇ ਜਦੋਂ ਮੈਂ ਬਾਹਰ ਆ ਕੇ ਦੇਖਿਆ ਤਾਂ ਉਸ ਟਾਈਮ ਦੇ ਉੱਤੇ ਮੈਨੂੰ ਥੋੜ੍ਹੀ ਜਿਹੀ ਅੱਗ ਵੀ ਦਿਖਾਈ ਦਿੱਤੀ ਅਤੇ ਉਸੇ ਟਾਈਮ ਦੇ ਉੱਤੇ ਸਭ ਤੋਂ ਪਹਿਲਾਂ ਜਿਹੜਾ ਆਪਣਾ ਕੰਮ ਸੀਗਾ ਮੈਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਠੀਕ ਹੈ ਜੀ। ਔਰ ਲਗਭਗ 5-7 ਮਿੰਟ ਦੇ ਵਿੱਚ ਫਾਇਰ ਬ੍ਰਿਗੇਡ ਜਿਹੜੀ ਹੈ ਮੌਕੇ 'ਤੇ ਪਹੁੰਚ ਗਈ ਸੀਗੀ ਅਤੇ ਵਿਦਇਨ 5 ਮਿੰਟ ਉਹਨਾਂ ਨੇ ਮਤਲਬ ਅੱਗ ਦੇ ਉੱਤੇ ਕਾਬੂ ਪਾ ਲਿਆ ਸੀ। ਟ੍ਰੇਨ ਕਹਾਂ ਸੇ ਕਹਾਂ ਤੱਕ ਸਰ ਜਾ ਰਹੀ ਹੈ? ਇਸ ਟ੍ਰੇਨ ਸਰ ਹੁਸ਼ਿਆਰਪੁਰ ਤੋਂ ਦਿੱਲੀ ਜਾਣੀ ਹੈ। ਰਾਤ 10:25 ਦਾ ਟਾਈਮ ਇਹਦਾ ਚੱਲਣ ਦਾ। ਕਿਹੜਾ ਕੋਚ ਕਿਹੜਾ ਸੀ? ਇਹ ਏ ਸੀ ਫਸਟ ਕੋਚ ਹੈ ਜੀ। ਨੰਬਰ ਇਹਦਾ ਸਰ ਨੰਬਰ ਤਾਂ ਵਿਪਨ ਕੁਮਾਰ ਜੀ, ਜੇਕਰ ਆਪਾਂ ਜੀ ਆਰ ਪੀ ਜਾਂ ਹੋਰ ਪੰਜਾਬ ਪੁਲਿਸ ਦੀ ਗੱਲ ਕਰੀਏ ਤਾਂ ਜਦੋਂ ਸਾਰਾ ਇੰਸੀਡੈਂਟ ਵਾਪਰ ਹਟਦਾ ਹੈ, ਅੱਗ ਤੇ ਕੰਟਰੋਲ ਪਾ ਲਿਆ ਜਾਂਦਾ, ਪੁਲਿਸ ਉਦੋਂ ਪਹੁੰਚਦੀ ਹੈ, ਇਹ ਤੁਹਾਨੂੰ ਲੱਗਦਾ ਨੀ ਕਮੀ ਆ ਜਾਂ ਲੈਬਸ ਆ ਪੁਲਿਸ ਵਿਭਾਗ ਦੀ ਜਾਂ ਤੁਸੀਂ ਉਹਨਾਂ ਨੂੰ ਸੂਚਿਤ ਉਹਨਾਂ ਨੂੰ ਲੇਟ ਕੀਤਾ ਤੁਸੀਂ? ਨਹੀਂ ਸਰ, ਜਿਸ ਟਾਈਮ ਤੇ ਮੈਨੂੰ ਅੱਗ ਦਾ ਪਤਾ ਲੱਗਿਆ ਉਸ ਟਾਈਮ ਦੇ ਉੱਤੇ ਮੈਂ ਤਾਂ ਸਭ ਤੋਂ ਪਹਿਲਾਂ ਆਪਣੇ ਮਤਲਬ ਫਾਇਰ ਬ੍ਰਿਗੇਡ ਨੂੰ ਬੁਲਾਉਣ ਤੋਂ ਬਾਅਦ ਆਪਣਾ ਜਿਹੜਾ ਆਫ ਡਿਊਟੀ ਔਨ ਡਿਊਟੀ ਮਤਲਬ ਸਟਾਫ ਸੀਗਾ ਸਾਰਾ ਮੇਰਾ ਮੌਕੇ ਦਾ ਪਹੁੰਚ ਚੁੱਕਾ ਸੀਗਾ ਔਰ ਫਾਇਰ ਬ੍ਰਿਗੇਡ ਨੂੰ ਸੂਚਿਤ ਕਰਨ ਤੋਂ ਬਾਅਦ ਮੈਂ ਫਟਾਫਟ ਜਾ ਕੇ ਡਰਾਈਵਰ ਨੂੰ ਮਤਲਬ ਉਹਨਾਂ ਦੇ ਕਮਰੇ ਦੇ ਵਿੱਚ ਜਾ ਕੇ ਡਰਾਈਵਰ ਨੂੰ ਸੂਚਨਾ ਦਿੱਤੀ ਅਤੇ ਉਹ ਤੋਂ ਫਟਾਫਟ ਪਾਵਰ ਸਟਾਰਟ ਕਰਵਾ ਕੇ ਆਪਣੇ ਆਫ ਡਿਊਟੀ ਸਟਾਫ ਤੋਂ ਇਹਦੀ ਜਿਹੜੀ ਸਿਕਿਉਰਿੰਗ ਵਗੈਰਾ ਸੀਗੀ ਉਹ ਹਟਵਾ ਕੇ ਅਤੇ ਕੋਚ ਨੂੰ ਆਈਸੋਲੇਟ ਕਰਵਾ ਦਿੱਤਾ। ਪੰਜਾਬ ਪੁਲਿਸ ਆ ਜਿੱਦਾਂ ਜਿਵੇਂ ਲੇਟ ਪਹੁੰਚੀ ਆ, ਜੇਕਰ ਦਿਨ ਦਾ ਸਮਾਂ ਹੁੰਦਾ ਅਤੇ ਭੀੜ ਭੜੱਕਾ ਹੁੰਦਾ ਤਾਂ ਫਿਰ ਤੁਹਾਨੂੰ ਲੱਗਦਾ ਨਹੀਂ ਕਿ ਕੋਈ ਭਗਦੜ ਵੀ ਮਚ ਸਕਦੇਗੀ ਪੁਲਿਸ ਦੀ? ਇਹ ਲੈਬਸ ਆ ਪੁਲਿਸ ਦੇ ਕਿਤੇ ਨਾ ਕਿਤੇ ਨਹੀਂ ਸਰ, ਐਕਚੁਅਲ ਦੇ ਵਿੱਚ ਕੀ ਹੈ ਕਿ ਇਸ ਗੱਡੀ ਦਾ ਇਹ ਹੈ ਕਿ ਇਹਦਾ ਚੱਲਣ ਦਾ ਟਾਈਮ 10:25 ਹੈ ਔਰ ਇਹਦੀ ਜਿਹੜੀ ਮਤਲਬ ਇਹਦੀ ਪਲੇਸਮੈਂਟ ਆ ਪਲੇਟਫਾਰਮ ਦੇ ਉੱਤੇ ਉਹ ਲਗਭਗ 10 ਵਜੇ ਦੇ ਕਰੀਬ ਹੁੰਦੀ ਹੈ। ਉਸ ਤੋਂ ਪਹਿਲਾਂ ਇਹ ਖਾਲੀ ਰਹਿੰਦੀ ਆਪਣੇ ਸਟੇਸ਼ਨ ਦੇ। ਆਪਣੇ ਮੁਲਾਜ਼ਮ ਜੀ ਆਰ ਪੀ ਆਰ ਪੀ ਐਫ ਦੇ ਕਿੰਨੇ ਜਵਾਨ ਆਪਣੇ ਕੋਲ ਡਿਊਟੀ ਦੇ ਰਹਿੰਦੇ ਆ? ਸਰ ਦਾ ਪ੍ਰਬੰਧ ਕੀਤਾ ਨਾ ਜੀ ਆਰ ਪੀ ਦਾ, ਇੱਥੇ ਕੋਈ ਯੂਨੀਫਾਰਮ ਵਾਲਾ ਮਿਲਿਆ ਨੀ ਨਾ ਆਰ ਪੀ ਐਫ ਜੀ ਆਰ ਪੀ। ਸਰ ਇੱਕ ਜਾਂ ਦੋ ਬੰਦੇ ਇਹਨਾਂ ਦੇ, ਕੋਈ ਵੀ ਯੂਨੀਫਾਰਮ ਦੇ ਦਿੱਤੀ ਟ੍ਰੇਨ ਖੜੀ ਸੀਗੀ ਉਹਦੇ ਵਿੱਚ ਅੱਗ ਲੱਗੀ ਸੀ ਇੱਕ ਬੁੱਗੀ ਦੇ ਵਿੱਚ। ਸਾਨੂੰ ਫੋਨ ਆਇਆ ਅਤੇ ਅਸੀਂ ਫਿਰ ਮੌਕੇ 'ਤੇ ਆ ਕੇ, ਅੱਗ ਕਾਫੀ ਸੀਗੀ ਅਤੇ ਕਾਫੀ ਲਗਾ ਜੋਰ ਅੱਗ ਬਣਾਉਣ ਦੇ। ਕਿੰਨੀਆਂ ਗੱਡੀਆਂ ਲੱਗੀਆਂ ਜਗ ਬੁਝਾਉਣ ਨੂੰ? ਇੱਥੇ ਗੱਡੀ ਤਾਂ ਫਿਰ ਇੱਕ ਵਜੇ ਆਉਂਦੀ ਸੀ, ਉਹਦੇ ਨੇ ਕੰਟਰੋਲ ਕਰ ਲਈ। ਹਾਲਾਤ ਕਾਬੂ 'ਚ ਹੋ ਗਏ ਜੀ? ਹਾਂਜੀ ਕਾਬੂ 'ਚ। ਕਾਰਨ ਪਤਾ ਲੱਗਿਆ ਜੀ ਕਿਉਂ ਕਿੱਦਾਂ ਲੱਗੀ ਅੱਗ ਜੀ? ਕਾਰਨ